ਹੈਲੋ, ਸਤਿ ਸ੍ਰੀ ਅਕਾਲ, ਨਮਸਕਾਰ, ਸਲਾਮ ਦੋਸਤੋ। ਤੇ ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਹੈ ਜੀ ਪੰਜਾਬ ਦੇ ਵਿੱਚ, ਕਿ ਨਕਲੀ ਵਿਆਹ ਕਰ ਰਹੇ ਸੀ ਤੇ ਬੇਅਦਬੀ ਕਰ ਰਹੇ ਸੀ। ਉਹ ਵੀਡੀਓ ਮੈਂ ਦੇਖੀ ਹੈ, ਉਹਦੇ ਵਿੱਚ ਤੁਸੀਂ ਦੇਖੋ ਭਈ ਦੋਨੇ ਧਿਰਾਂ ਕੀ ਕਰ ਰਹੀਆਂ ਨੇ। ਜਿਹੜਾ ਕਿ ਸੀਰੀਅਲ ਹੈ, ਉਹ ਸੀਰੀਅਲ ਬਣਾ ਕੌਣ ਰਿਹਾ ਸੀ? ਸਰਗੁਣ ਮਹਿਤਾ। ਸਰਗੁਣ ਮਹਿਤਾ ਉਹਦੀ ਪ੍ਰੋਡਿਊਸਰ ਹੈ ਤੇ ਆਰਟਿਸਟ ਸ਼ੂਟ ਕਰ ਰਹੇ ਸੀ, ਤੇ ਡਾਇਰੈਕਟਰ ਜਿਹੜਾ ਸੀ ਉਹ ਡਾਇਰੈਕਟਰ ਕੋਈ ਮੁੰਬਈ ਦਾ ਹੋਣਾ, ਤੇ ਮੁੰਬਈ ਵਾਲਿਆਂ ਨੂੰ ਤਾਂ ਡਰ ਨਹੀਂ ਪਾਇਆ ਪਿਆ ਵੀ ਪੰਜਾਬੀਆਂ ਦਾ, ਕਿ ਪੰਜਾਬੀ ਐਂ ਕਰਦੇ ਨੇ, ਉਹ ਕਿਹਨਾਂ ਚੀਜ਼ਾਂ ਤੋਂ ਪੈ ਰਿਹਾ ਇਹ ਡਰ? ਆ ਜਿਹੜੀਆਂ ਇੱਦਾਂ ਦੀਆਂ ਵੀਡੀਓ ਬਣਾ ਬਣਾ ਕੇ ਅਸੀਂ ਵਾਇਰਲ ਕਰਦੇ ਹਾਂ, ਇਹਨਾਂ ਨਾਲ ਡਰ ਪੈ ਰਿਹਾ। ਔਰ ਇਹਦੇ ਨਾਲ ਸਿੱਖਾਂ ਦੀ ਬਦਨਾਮੀ ਦੂਰ ਦੂਰ ਤੱਕ ਹੋ ਰਹੀ ਹੈ ਬਹੁਤ ਜ਼ਿਆਦਾ, ਭਈ ਇਹ ਧੱਕਾ ਕਰਦੇ ਆ। ਇੱਕ ਵੀਡੀਓ ਮੈਂ ਹੋਰ ਦੇਖੀ ਸੀ, ਉਹਦੇ ਵਿੱਚ ਗੁਰਸਿੱਖ ਬੰਦਾ ਪਿੱਛੇ ਡੰਡਾ ਲੈ ਖੜਾ, ਉਹਨੂੰ ਕਹਿੰਦਾ ਸੱਚ ਬੋਲ ਨਹੀਂ ਤਾਂ ਭੰਨ ਦਿਓ। ਉਹ ਜਦੋਂ ਆਮ ਬੰਦਿਆਂ ਤੱਕ ਗੱਲ ਪਹੁੰਚਦੀ ਹੈ, ਉਹਦਾ ਨੁਕਸਾਨ ਕਿੰਨਾ ਹੁੰਦਾ? ਹਰ ਗੱਲ 'ਚ ਉਹ ਕਹਿੰਦੇ ਪੰਜਾਬੀ ਤਾਂ ਧੱਕੇ ਨਾਲ ਕਰ ਲੈਂਦੇ ਆ, ਪੰਜਾਬੀ ਤਾਂ ਜ਼ਬਰਦਸਤੀ ਕਰਦੇ। ਜੇ ਤੁਸੀਂ ਨਹੀਂ ਮੰਨਦੇ ਗੱਲ ਨੂੰ ਤਾਂ ਮੰਨ ਲਓ, ਫਿਰ ਕਰਨਾਲ ਵਾਲੇ ਜਿਹੜੇ ਘਰ ਟਹਿ ਆ ਉਹਦੇ ਥੱਲੇ ਕਮੈਂਟ ਪੜ੍ਹੋ ਲੋਕਾਂ ਦੇ, ਉਹ ਕਹਿੰਦੇ ਵੀ ਜ਼ਬਰਦਸਤੀ ਇਹ ਧੱਕੇ ਨਾਲ ਦੱਬੀ ਹੋਈ ਜਗ੍ਹਾ ਸੀ ਤਾਂ ਛਡਾਈਏ, ਭਾਵੇਂ ਉਹ ਵੋਟਾਂ ਕਰਕੇ ਘੱਟ ਆਏ ਹੋਣ। ਤੁਸੀਂ ਦੇਖੀ ਹੋ ਉਹ ਚੀਜ਼ਾਂ ਦਾ ਅਸਰ ਕਿਉਂ ਪੈ ਰਿਹਾ, ਕਿਉਂਕਿ ਆਪਾਂ ਇਹ ਚੀਜ਼ਾਂ ਹਾਈਲਾਈਟ ਕਰ ਰਹੇ ਸੋਸ਼ਲ ਮੀਡੀਆ 'ਤੇ। ਉਹ ਸਿਰਫ ਭੱਜ ਭੱਜ ਕੇ ਪੱਤਰਕਾਰ ਸਾਹਿਬ ਬੜੀ ਮਿਹਨਤ ਕਰ ਰਹੇ ਆ, ਹੈ ਨਾ, ਦਿਖਾ ਰਹੇ ਆ ਵੀ ਆਹ ਦੇਖੋ ਬੇਅਦਬੀ ਹੋ ਗਈ, ਐਂ ਹੋ ਗਿਆ। ਹੁਣ ਮੈਂ ਮੰਨਦੇ ਹਾਂ ਜੀ, ਭਾਈ ਅਸੀਂ ਮੰਨਦੇ ਹਾਂ ਵੀ ਇਹ ਚੀਜ਼, ਇਹ ਸੀਨ ਫਲਵਾਉਣ ਲਈ ਕੀਤਾ ਕੀ ਜਾਵੇ? ਇਹਦਾ ਤਰੀਕਾ ਤਾਂ ਇਹ ਹੈ, ਕੋਈ ਇੱਕ ਸੰਸਥਾ ਗਠਨ ਕੀਤੀ ਜਾਵੇ ਜਿਹਦੇ ਅੰਡਰ ਇਹ ਸਾਰਾ ਕੁਝ ਸਿਲੈਕਟ ਕੀਤਾ ਜਾਵੇ, ਜੋ ਸਹੀ ਆ ਉਹਨਾਂ ਦੀ ਦੇਖ ਰੇਖ 'ਚ ਫੈਲਵਾਇਆ ਜਾਵੇ, ਨਾ ਕਿ ਇਹ ਕੋਈ ਵੀ ਉੱਠੇ 10 ਬੰਦੇ ਲੈ ਕੇ ਵੀਡੀਓ ਬਣਾ ਲਵੇ। ਅਤੇ ਕਈ ਬੰਦੇ ਬਾਣੇ ਪਾ ਕੇ ਗਲਤ ਵੀ ਕਰ ਰਹੇ ਆ, ਤੁਸੀਂ ਦੇਖੇ ਹੋਣੇ ਆ ਕਿੰਨੀਆਂ ਵੀਡੀਓ ਆਈਆਂ, ਉਹਦੀ ਬਦਨਾਮੀ ਦੂਰ ਦੂਰ ਤੱਕ ਹੁੰਦੀ ਹੈ, ਉਹ ਬਾਣੇ ਪਾ ਕੇ ਕੋਈ ਵੀ ਚਲਾ ਜਾਂਦਾ। ਨਾ ਇੱਕ ਸੰਸਥਾ ਹੋਵੇ ਜਿਹੜੀ ਇਹ ਸਭ ਦੇਖੇ। ਇਹਦੇ ਨਾਲ ਸਿੱਖੀ ਬਾਹਰ ਬਹੁਤ ਬਦਨਾਮ ਹੋ ਰਹੀ ਹੈ, ਜਿਹੜੇ ਸਿੱਖ ਹੈ ਉਹਨਾਂ 'ਤੇ ਅਸਰ ਪੈਂਦਾ। ਜਦੋਂ ਕੋਈ ਸਿੱਖ ਗਲਤੀ ਕਰਦਾ ਪੰਜਾਬ ਤੋਂ ਬਾਹਰ, ਤਾਂ ਉਹਨੂੰ ਲੋਕ ਟੁੱਟ ਕੇ ਪੈ ਜਾਂਦੇ ਵੀ ਕੌਮ ਇੱਦਾਂ ਦੀ ਹੈ। ਇੱਕ ਬਹੁਤ ਵੱਡਾ ਸ਼ਡਿਅੰਤਰ ਹੈ ਪੰਜਾਬ ਦੇ ਸਮਝਦਾਰ ਲੋਕਾਂ ਨੂੰ ਪਿੱਛੇ ਕੀਤਾ ਜਾ ਰਿਹਾ, ਅਤੇ ਜਿਹੜੇ ਉੱਲੂ ਲੋਕ ਨੇ, ਉੱਲੂ ਤਾਂ ਨਹੀਂ ਕਹਿ ਸਕਦੇ, ਚਲੋ ਮੰਦ ਬੁੱਧੀ ਨੇ, ਉਹਨਾਂ ਨੂੰ ਸਟਾਰ ਬਣਾਇਆ ਜਾ ਰਿਹਾ, ਉਹ 'ਚ ਉਹ ਸਾਥ ਕੌਣ ਦੇ ਰਿਹਾ ਉਹਨਾਂ ਦਾ? ਤੁਸੀਂ ਇਹ ਸੋਚ ਕੇ ਦੇਖੋ, ਮੈਂ ਕਲਾਕਾਰਾਂ ਦੇ ਖਿਲਾਫ ਹੀ ਬੋਲ ਰਿਹਾ। ਇਹ ਜਿਹੜਾ ਸੀਰੀਅਲ ਬਣ ਰਿਹਾ ਸੀ ਸਰਗੁਣ ਮਹਿਤਾ ਦਾ ਸੀ, ਇਹਦੇ ਵਿੱਚ ਚਲੋ ਸੀਨ ਫਲਵਾਉਣਾ ਹੋਊਗਾ, ਉਹ ਤੋਂ ਬਿਨਾਂ ਵੀ ਸਰ ਸਕਦਾ ਸੀ, ਪਰ ਅੱਜ ਕੱਲ੍ਹ ਈਗੋ ਬਹੁਤ ਹੈ, ਰਾਈਟਰ ਨੇ ਕੁਛ ਕਹਿਤਾ, ਹੁਣ ਡਾਇਰੈਕਟਰ ਨੇ ਕੁਛ, ਉੱਦਾਂ ਹੀ ਫਲਵਾਉਣਾ ਪੈ ਗਿਆ। ਚਲੋ ਜੇ ਫਲਵਾਉਣਾ ਵੀ ਪਿਆ ਤਾਂ ਉਹਦੇ ਵਿੱਚ ਲਿਖਤਾ ਜਾਵੇ, ਜੇ ਤੁਸੀਂ ਕਹਿੰਦੇ ਹੋ ਵੀ ਉਹ ਲੋਕਾਂ ਨੇ ਦੇਖਣੀ ਸੀ ਪੂਰੀ ਦੁਨੀਆ 'ਚ ਵੀਡੀਓ, ਉਸੇ ਵੀਡੀਓ 'ਚ ਗੁਰਸਿੱਖ ਭਾਈ ਸਾਹਿਬ ਕਹਿੰਦੇ ਨੇ ਵੀ ਦੁਨੀਆ ਨੇ ਦੇਖਣੀ ਸੀ, ਉਹਨੇ ਕਹਿਣਾ ਵੀ ਝੂਠੇ ਵਿਆਹ ਕਰਦੇ ਨੇ, ਅਤੇ ਉਹਦੇ 'ਤੇ ਲਿਖਿਆ ਜਾਵੇ ਵੀ ਸਿੱਖ ਧਰਮ ਦੇ ਵਿੱਚ ਇਹਦੀ ਮਾਨਤਾ ਨਹੀਂ ਹੈ, ਪਰ ਇਹ ਸੀਨ ਫਲਵਾਉਣ ਦੇ ਲਈ, ਇਹ ਫਿਲਮ ਦਾ ਸੀਰੀਅਲ ਦਾ ਪੱਖ ਦਿਖਾਉਣ ਦੇ ਲਈ ਇਹ ਸੀਨ ਫਲਮਾਇਆ ਜਾ ਰਿਹਾ, ਜਿੱਦਾਂ ਕਿ ਆਪਾਂ ਕਈ ਚੀਜ਼ਾਂ ਦੇ ਥੱਲੇ ਲਿਖ ਦਿੰਦੇ ਹਾਂ ਭਈ ਇਹ ਗੇਮ ਆਪਣੇ ਖੁਦ ਦੇ ਤੁਸੀਂ ਰਿਸਕ 'ਤੇ ਖੇਡੋ, ਇਹ 'ਚ ਨੁਕਸਾਨ ਹੋ ਸਕਦਾ, ਤੁਹਾਨੂੰ ਆਦਤ ਵੀ ਪੈ ਸਕਦੀ, ਉਹ ਬੋਲਦੇ ਹਾਂ ਨਾ ਆਪਾਂ, ਉਹਦੇ ਵਿੱਚ ਲਿਖਿਆ ਜਾਵੇ, ਉੱਦਾਂ ਦੇ ਕੋਈ ਸਲਿਊਸ਼ਨ ਕੱਢੇ ਜਾਣ। ਹੁਣ ਗੁਰਸਿੱਖ ਬੰਦਾ ਹਾਇਰ ਕੀਤਾ ਗਿਆ ਸੀਰੀਅਲ ਚੱਲਦੇ ਦੇ ਵਿੱਚ, ਉਹ ਜਦੋਂ ਬੰਦੇ ਆ ਗਏ ਗੁਰਸਿੱਖ ਬੰਦੇ, ਉਹਨਾਂ ਨੇ ਧੱਕਾ ਕਰਨਾ ਸੀ ਤਾਂ ਮੋਨੇ ਬੰਦੇ ਡਰ ਗਏ, ਉਹਨਾਂ ਨੇ ਕਿੰਨਾ ਟਾਈਮ ਲਾਇਆ ਬੰਦੇ ਨੂੰ ਆਉਣ ਦਿਓ, ਸੈੱਟ ਦਿਖਾਉਂਦੇ ਆ, ਗੱਲ ਕਰਦੇ, ਫਿਰ ਜਰਨੈਲ ਸਿੰਘ ਨੇ ਆ ਕੇ ਗੱਲ ਸਾਂਭੀ। ਇਹ ਵੀਡੀਓ ਬਹੁਤ ਲੋਕਾਂ ਨੇ ਮੈਨੂੰ ਭੇਜੀ, ਉਹਨਾਂ ਨੇ ਇਸ ਕਰਕੇ ਭੇਜੀ, ਸ਼ਾਇਦ ਮੇਰੀ ਦੁਸ਼ਮਣੀ ਹੈ ਉਹਨਾਂ ਜਰਨੈਲ ਨਾਲ, ਮੈਂ ਜਿਹੜੇ ਮੇਰੇ ਨਾਲ 20-20 ਕਰੋੜ ਦਾ ਧੋਖਾ ਕਰ ਗਏ, ਉਹਨਾਂ ਨਾਲ ਵੀ ਦੁਸ਼ਮਣੀ ਨਹੀਂ ਰੱਖੀ ਕਦੀ, ਕੋਈ ਨਹੀਂ, ਪੈਸਾ ਸਭ ਕੁਛ ਨਹੀਂ ਆ, ਅਤੇ ਪਰ ਮੈਂ ਇਹਨਾਂ ਨਾਲ ਕੀ ਦੁਸ਼ਮਣੀ ਰੱਖਣੀ, ਇਹ ਜਰਨੈਲ ਹੋਣੀ ਜਾਂ ਬਾਕੀ ਰੱਖਣ, ਮੇਰੇ ਨਾਲ ਕੋਈ ਚੱਕਰ ਨਹੀਂ, ਜੇ ਦੁਸ਼ਮਣੀ ਰੱਖਦੇ ਤਾਂ ਫਿਰ ਮੈਂ ਦੁਸ਼ਮਣੀ ਸਮਝਦਾ ਉਹਨਾਂ ਨੂੰ।
ਪਰ ਮੈਂ ਲੜੂੰਗਾ, ਪਹਿਲ ਨਹੀਂ ਕਰੂੰਗਾ ਕਦੀ ਵੀ ਕਿਸੇ ਨੇ। ਇਹ ਵਿਆਹ ਵਿੱਚ ਇੱਕ ਮੈਨੂੰ ਮਿਲੇ ਸੀ, ਉੱਥੇ ਗੱਲ ਕਰ ਸਕਦੇ ਸੀ, ਕਿਸੇ ਨੇ ਵੀ ਗੱਲ ਕਿਉਂ ਨਹੀਂ ਕੀਤੀ, ਕਿਉਂਕਿ ਸਭ ਨੂੰ ਪਤਾ ਸੀ ਮੈਂ ਸੱਚ ਬੋਲਦਾ। ਅਤੇ ਇਹ ਜਰਨੈਲ ਨੂੰ ਫਿਰ ਬੁਲਾਉਣਾ ਪਿਆ ਇਸ ਵੀਡੀਓ ਦੇ ਵਿੱਚ, ਜਦੋਂ ਉਹ ਗੁਰਸਿੱਖ ਬੰਦਿਆਂ ਨਾਲ ਗੱਲ ਕਰਦਾ। ਪਰ ਉੱਥੇ ਸੋਚੋ ਕਿ ਗੁਰਸਿੱਖ ਜਰਨੈਲ ਵੀ ਡਰਿਆ ਹੋਇਆ, ਉਹਨੂੰ ਇਹ ਕਹਿਣਾ ਪਿਆ, ਦੇਖੋ ਮੈਂ ਵੀ ਸਿੱਖ ਹੈ, ਮੈਂ ਵੀ ਕਿਰਪਾਨ, ਭਾਈ ਦਿਖਾਉਣਾ ਪਿਆ, ਸਬੂਤ ਦੇਣੇ ਪਏ। ਜਦੋਂ ਆਪਾਂ ਇੱਦਾਂ ਦੀਆਂ ਵੀਡੀਓ ਵਾਇਰਲ ਕਰਦੇ ਹਾਂ ਤਾਂ ਸਿੱਖਾਂ ਨੂੰ ਧੱਕਾ ਕਰਨ ਵਾਲੀ ਕੌਮ ਮੰਨਿਆ ਜਾਂਦਾ ਬਾਹਰ। ਹੁਣ ਥੱਲੇ ਐਵੇਂ ਨਾ ਕਮੈਂਟ ਪਾਉਣ ਲੱਗੋ, ਹਾਂ ਅਸੀਂ ਆਈ ਹਾਂ ਫਲਾਨਾ, ਇਹਦੇ ਨੁਕਸਾਨ ਦੇਖੋ, ਹੈ ਨਾ। ਇਹ ਡੰਗਰਾਂ ਵਾਲੀ ਨੀਤੀ ਆਪਾਂ ਆਪਣੀ ਨਾ ਅਪਣਾਈਏ। ਕਈ ਬੰਦੇ ਡੰਡਾ ਲੈ ਖੜ ਜਾਂਦੇ ਆ ਕਿਸੇ ਬੰਦੇ ਨੂੰ, ਕਹਿੰਦੇ ਲੈ ਬੋਲ ਸੱਚ, ਨਹੀਂ ਤਾਂ ਡਾਂਗ ਫਿਰੂ। ਉਹਨਾਂ ਵੀਡੀਓਆਂ ਦਾ ਬਹੁਤ ਅਸਰ ਪੈਂਦਾ ਗੰਦਾ, ਔਰ ਪੈ ਰਿਹਾ ਉਹਦਾ ਤੁਸੀਂ ਹਰਜਾਨਾ, ਜੇ ਤੁਸੀਂ ਕਹੋ ਤਾਂ ਹਰਿਆਣੇ 'ਚ ਭੁਗਤਣਾ ਪਿਆ ਨਾ, ਜਿਹੜੇ ਘਰ ਢਾਏ ਆ ਉਹ ਕਹਿੰਦੇ ਨਜਾਇਜ਼ ਦੱਬੇ ਹੋਏ ਸੀ। ਥੱਲੇ ਕਮੈਂਟ ਲੋਕਾਂ ਨੇ ਇਹੀ ਲਿਖਿਆ ਕਿ ਸਰਗੁਣ ਮਹਿਤਾ ਦੇ ਸੀਰੀਅਲ ਨਕਲੀ ਵਿਆਹ ਵਾਲੇ, ਥੱਲੇ ਵੀ ਲੋਕਾਂ ਨੇ ਬਹੁਤ ਕੁਛ ਲਿਖਿਆ। ਉਹ ਕਮੈਂਟਾਂ ਦੇ ਆਧਾਰ 'ਤੇ ਸੋਚੋ, ਪਲੀਜ਼ ਸਿੱਖ ਕੌਮ ਨੂੰ ਬਦਨਾਮ ਨਾ ਕਰੋ ਆਪਣੇ ਵਿਊ ਦੇ ਲਈ, ਅਤੇ ਜੋ ਹੈ ਉਹੀ ਰੱਖੋ, ਨਹੀਂ ਤਾਂ ਇਹਦਾ ਨੁਕਸਾਨ ਜਿਹੜੇ ਪੰਜਾਬੋਂ ਬਾਹਰ ਸਿੱਖ ਬੈਠੇ ਉਹਨਾਂ ਨੂੰ ਭੁਗਤਣਾ ਪੈਂਦਾ। ਉਹਨਾਂ ਨੂੰ ਲੋਕ ਇਕੱਠੇ ਹੋ ਕੇ ਕੁੱਟਦੇ ਕਿਉਂ? ਕਿਉਂਕਿ ਇਹ ਕੌਮ ਕਹਿੰਦੇ ਧੱਕਾ ਕਰਦੀ, ਭਾਵੇਂ ਅਸੀਂ ਕਿੰਨੇ ਵੀ ਚੰਗੇ ਹੋਈਏ। ਇਹਦੇ ਲਈ ਸਪੈਸ਼ਲ ਇੱਕ ਟੀਮ ਬਣਨੀ ਚਾਹੀਦੀ ਹੈ ਜਿਹਦੀ ਦੇਖ ਰੇਖ 'ਚ ਹੋਵੇ, ਜੇ ਤੁਸੀਂ ਇੱਦਾਂ ਚਾਹੁੰਦੇ। ਹਾਲਾਂਕਿ ਪਹਿਲਾਂ ਬਹੁਤ ਵਿਆਹ ਇੱਦਾਂ ਫਲਮਾਏ ਦਿਖਾਏ, ਲੋਕਾਂ ਨੇ ਵਿਆਹ ਕਰਾ ਕੇ ਬਾਹਰ ਵੀ ਨਿਕਲ ਹੋਇਆ, ਆਪਾਂ ਕੁਛ ਨਹੀਂ ਕਰ ਪਾਏ। ਅੱਜ ਵੀ ਉਹ ਕਾਲਾ ਧੰਦਾ ਚੱਲਦਾ ਆ, ਸਰਟੀਫਿਕੇਟ ਬਣਾ ਕੇ ਦਿੰਦੇ ਨੇ, ਪਰ ਇਹ ਚੀਜ਼ਾਂ ਨੂੰ ਸਮਝੋ, ਇਹ ਜ਼ਰੂਰੀ ਹੈ। ਉਹ ਚੀਜ਼ਾਂ ਨਾ ਹੋਣ ਜਿਨ੍ਹਾਂ ਦਾ ਨੁਕਸਾਨ ਹੋਵੇ ਕੌਮ ਨੂੰ, ਹੈ ਨਾ। ਹਾਲਾਂਕਿ ਜਦੋਂ ਕੋਈ ਗਲਤ ਬੰਦਾ ਸਹੀ ਚੱਲਦੀ, ਫਿਲਮ ਲੈਣ ਬਹੁਤ ਵਧੀਆ ਸਹੀ ਚੱਲਦੀ ਸੀ, ਚਾਰ ਕੁ ਟੱਟੂ ਆਏ ਘਟੀਆ ਜਿਹੜੇ ਪੈਸੇ ਲਈ ਵਿਕਦੇ ਸੀ, ਉਹ ਕੌਣ ਨੇ ਤੁਸੀਂ ਸੋਚੋ? ਉਹਨਾਂ ਨੇ ਬੇੜਾ ਬਿਠਾਤਾ ਫਿਲਮ ਲੈਣ ਦਾ, ਇੱਦਾਂ ਹੀ ਧਰਮਾਂ ਦਾ ਬੇੜਾ ਬਿਠਾ ਰਹੇ ਨੇ ਲੋਕ ਦੂਜੀ ਕੌਮ 'ਚ ਵੜ ਕੇ। ਇਹ 'ਤੇ ਥੋੜ੍ਹਾ ਜਿਹਾ ਕੰਟਰੋਲ ਕਰੋ, ਇਹਨਾਂ ਨੂੰ ਸਾਂਭੋ ਕਿ ਕੌਮ ਸਾਂਭਣੀ ਹੈ। ਅਤੇ ਹੁਣ ਜਰਨੈਲ ਸਿੰਘ ਜੀ, ਤੁਹਾਡੀ ਜਰਨੈਲ ਸਿੰਘ ਦੀ ਵੀਡੀਓ ਦੇ ਥੱਲੇ ਤੁਸੀਂ ਕਮੈਂਟ ਦੇਖ ਲਓ, ਕਿਸੇ ਨੇ ਕੁਛ ਕਿਹਾ, ਕਿਸੇ ਨੇ ਕਿਹਾ ਵੀ ਬੇਅਦਬੀ ਇਹ ਕਿੱਦਾਂ ਹੁੰਦੀ ਆ ਧਰਮ ਨੂੰ, ਹੈ ਉਹ ਕੌਣ ਲੋਕ ਨੇ? ਉਹ ਲੋਕ ਉਹੀ ਨੇ ਜਿਨ੍ਹਾਂ ਦੇ ਦਿਮਾਗ 'ਚ ਭਰਤਾ ਕੇ ਸਿੱਖ ਧੱਕੇ ਨਾ ਕਰਦੇ। ਕੋਈ ਸਰਕਾਰੀ ਬੰਦਾ, RSS ਦਾ ਬੰਦਾ ਤਾਂ ਉਹ ਪਾਉਣ ਨਹੀਂ ਆਇਆ ਨਾ ਕਮੈਂਟ, ਉਹ ਕਮੈਂਟ ਇਸੇ ਕਰਕੇ ਇੱਦਾਂ ਦੇ ਪਾਏ ਜਾਂਦੇ ਕਿਉਂਕਿ ਉਹਨਾਂ ਦੇ ਦਿਮਾਗ 'ਚ ਇਹ ਭਰਿਆ ਜਾਂਦਾ। ਮੁੰਬਈ 'ਚ ਵੀ ਜਾਂ ਕਿਤੇ ਵੀ ਜਦੋਂ ਅਸੀਂ ਆਉਂਦੇ ਪੰਜਾਬ ਤੋਂ, ਕਿੱਦਾਂ ਪੰਜਾਬ ਦਾ ਹਾਲ ਹੁਣ ਉੱਥੇ ਅੱਤਵਾਦ, ਕਿਉਂਕਿ ਉਹਨੂੰ ਉੱਦਾਂ ਬਦਨਾਮ ਕਰੀ ਜਾਂਦੇ। ਅਸੀਂ ਨਾਲ ਉਹਨਾਂ ਦਾ ਸਾਥ ਦਿੰਦੇ ਹਾਂ, ਕਦੀ ਵੀ ਸਾਡੇ ਧਰਮ ਨੂੰ ਖਰਾਬ ਕਰਨ ਵਾਲੇ ਸਾਡੇ ਹੀ ਬੰਦੇ ਹੋਣਗੇ, ਦੂਜਾ ਧਰਮ ਨਹੀਂ ਖਰਾਬ ਇੰਨਾ ਕਰ ਸਕਦਾ। ਸੋਚ ਕੇ ਦੇਖ ਲਓ, ਇਹ ਚੀਜ਼ਾਂ ਸਮਝੋ ਪਲੀਜ਼। ਸਾਰੇ ਧਰਮਾਂ ਨੂੰ ਸਮਝਣਾ ਚਾਹੀਦਾ, ਸਾਰੇ ਧਰਮ ਇੱਕੋ ਹੀ ਧਰਮ 'ਚ ਤਾਂ ਹੈ। ਆਈ ਮੈਨੇ ਈਸ਼ਵਰ, ਐਸ ਮੈਨੇ ਸ਼ਿਵਾ, ਐਚ ਮੈਨੇ ਹਿਲਾ ਲੁਈਆ, ਡਬਲਯੂ ਮੈਨੇ ਵਾਹਿਗੁਰੂ, ਏ ਮੈਨੇ ਅੱਲਾ, ਆਰ ਮੈਨੇ ਰਾਮ। ਸਾਰੇ ਕਹਿੰਦੇ ਰੱਬ ਇੱਕ ਹੈ, ਪਰ ਇੱਕ ਕਦੀ ਮੰਨਿਆ ਹੈ ਕਿਸੇ ਨੇ? ਮੰਨਦਾ ਕੋਈ ਨਹੀਂ, ਇਹ ਆਪ ਸੋਚਣ ਆਮ ਬੰਦੇ। ਮਿਹਰਬਾਨੀ, ਸ਼ੁਕਰੀਆ।